ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਜਿਨ੍ਹਾਂ ਤੋਂ ਤੁਸੀਂ ਵੈੱਜ ਨਾਨ ਵੈੱਜ ਹਰ ਇੱਕ ਤਰ੍ਹਾਂ ਦਾ ਇੰਡੀਅਨ ਸਟਾਈਲ ਪੀਜ਼ਾ ਵੀ ਔਡਰ ਕਰ ਸਕਦੇ ਹੋ ਇਹਨਾਂ ਦੀਆਂ ਮਠਿਆਈਆਂ ਦਾ ਸਵਾਦ ਵੀ ਤੁਸੀਂ ਲੈ ਸਕਦੇ ਹੋ ਪੀਜ਼ਾ ਔਡਰ ਕਰਨ ਦੇ ਲਈ www.chicagopizzatwist.com 10% ਔਫ ਲੈਣ ਲਈ ਇਹਨਾਂ ਦਾ ਕੋਡ 1313 ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ 4082722500 ਗੁਰਦੀਪ ਸਿੰਘ ਬਿਰਦੀ ਕਲੋਵਸ ਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ ਤੋਂ ਸਤਨਾਮ ਸਿੰਘ ਸ਼ੇਰਗਿੱਲ ਸਲਮਾ ਬਹਾਦਰ ਸਿੰਘ ਗਿੱਲ ਫੋਲਟ ਰਣਵੀਰ ਸਿੰਘ ਰਾਣਾ ਸੁਰਿੰਦਰ ਸਿੰਘ ਚੌਹਾਨ ਸਤਨਾਮ ਸਿੰਘ ਸੁਖਚੈਨ ਸਿੰਘ ਜੀ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸਭ ਤੱਕ ਪਹੁੰਚਾਇਆ ਜੀ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਅਤੇ ਕੱਲ੍ਹ ਆਪਾਂ ਗੱਲ ਕੀਤੀ ਸੀਗੀ ਪਾਣੀਆਂ ਬਾਰੇ ਤੇ ਉਸ ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਪੰਜਾਬ ਸਰਕਾਰ ਦੀ ਪੇਸ਼ੀ ਬਿਲਕੁਲ ਜੀ ਜਿਹੜੇ ਇਸ ਮਾਮਲੇ ਦੇ ਉੱਤੇ ਹੈਰਾਨੀ ਵਾਲੀ ਜਿਹੜੀ ਗੱਲ ਹੈ ਵੈਸੇ ਪਤਾ ਤਾਂ ਪਹਿਲਾਂ ਤਾਂ ਨਹੀਂ ਲੱਗਿਆ ਸੀਗਾ ਜਦੋਂ ਸਰਨਾ ਭਰਾ ਜਿਹੜੇ ਆ ਜੀ ਉਹ ਪੰਜਾਬ ਆ ਗਏ ਸਨ ਇਹ ਮਾਮਲਾ ਉੱਠਣ ਦੇ ਸਾਰ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਇਹ ਮਾਮਲਾ ਕਿੰਨਾ ਗੰਭੀਰ ਜਿਹੜਾ ਜੀ ਉਹ ਹੋ ਸਕਦਾ ਹੈ ਜਾਂ ਕਿੰਨਾ ਗੰਭੀਰ ਜਿਹੜਾ ਜੀ ਉਹ ਹੋ ਗਿਆ ਇਸ ਵੇਲੇ ਜੇ ਸਹੀ ਪੁੱਛੋ ਤਾਂ ਇਹ ਪੰਜਾਬ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਕਿ ਪੰਜਾਬ ਦਾ ਪਾਣੀ ਜਿਹੜਾ ਉਹ ਨਿਤਰ ਗਿਆ ਕਿਉਂਕਿ ਉੱਤੋਂ ਛੱਡ ਦਿੱਤਾ ਪਰ ਜੇ ਤੁਸੀਂ ਇਹਦੇ ਤੋਂ ਅੱਗੇ ਪੰਜਾਬ ਤੋਂ ਨਿਕਲਦੇ ਹੋ ਜਿਹੜੇ ਹਰਿਆਣੇ ਦੇ ਸਰਹੱਦ ਦੇ ਨੇੜੇ ਰਾਜਸਥਾਨ ਦੀ ਸਰਹੱਦ ਦੇ ਨੇੜੇ ਜਿਹੜੇ ਹੈੱਡ ਪੈਂਦੇ ਆ ਉਹਨਾਂ ਦੇ ਵਿੱਚ ਮਣਾ ਮੂਹੀ ਮੱਛੀਆਂ ਜਿਹੜੀਆਂ ਮਰੀਆਂ ਹੋਈਆਂ ਉਹ ਆ ਰਹੀਆਂ ਨੇ ਪਿੱਛੋਂ ਸੱਪ ਡੱਡੂ ਜਿਹੜੇ ਦੀ ਉਹ ਵੀ ਮਰੇ ਹੋਏ ਆ ਰਹੇ ਨੇ ਕੁਛ ਤੜਫ ਰਹੀਆਂ ਮੱਛੀਆਂ ਵੀ ਜਿਹੜੀਆਂ ਉਹ ਇਹਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ ਇਹਨਾਂ ਪਾਣੀਆਂ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਬੋ ਜਿਹੜੀ ਹੈ ਜੀ ਉਹ ਫੈਲ ਚੁੱਕੀ ਹੋਈ ਹੈ ਇਹਨਾਂ ਪੂਰੇ ਏਰੀਆਜ਼ ਦੇ ਵਿੱਚ ਅਜੇ ਤੱਕ ਇਸ ਮਾਮਲੇ ਦੇ ਵਿੱਚ FIR ਦਰਜ ਨਹੀਂ ਹੋਈ ਜੀ ਜਿਹੜੇ ਮੰਤਰੀ ਨੇ ਸੰਬੰਧਿਤ ਉਹ ਇਹ ਕਹੀ ਜਾਂਦੇ ਆ ਕਿ ਨਹੀਂ ਕੋਈ ਨੀ ਇਹਦੇ ਬਾਰੇ ਦੇ ਵਿੱਚ ਅਸੀਂ ਇਹਦੇ ਜਾਂਚ ਏਜੰਸੀਆਂ ਜਿਹੜੀਆਂ ਜੀ ਉਹਨਾਂ ਦੀਆਂ ਰਿਪੋਰਟਾਂ ਦੀ ਇੰਤਜ਼ਾਰ ਕਰ ਰਹੇ ਹਾਂ ਉਹਨਾਂ ਦੀਆਂ ਰਿਪੋਰਟਾਂ ਇੰਤਜ਼ਾਰ ਕਰਦੀਆਂ ਰਹਿਣਗੀਆਂ ਆਉਂਦੀਆਂ ਰਹਿਣਗੀਆਂ FIR ਤਾਂ ਤੁਰੰਤ ਹੋਣੀ ਚਾਹੀਦੀ ਸੀ ਜੀ ਇਸ ਪਾਣੀ ਦੇ ਵਿੱਚ ਬੱਕਰੀਆਂ ਮਰੀਆਂ ਹੋਈਆਂ ਭੇਡਾਂ ਜਿਹੜੀਆਂ ਪਾਣੀ ਪੀ ਕੇ ਮਰ ਰਹੀਆਂ ਨੇ ਰਾਜਸਥਾਨ ਦੇ ਵਿੱਚ ਇੰਨਾ ਨੁਕਸਾਨ ਜਿਹੜਾ ਜੀ ਉਹ ਹੋ ਰਿਹਾ ਪਰ ਕੁਛ ਨੀ ਹੋ ਰਿਹਾ ਕਿਉਂਕਿ ਫੈਕਟਰੀ ਜਿਹੜੀ ਜੀ ਬਹੁਤ ਵੱਡਿਆਂ ਦੀ ਆ ਚੱਡਾ ਪਰਿਵਾਰ ਦੀ ਉਹ ਫੈਕਟਰੀ ਆ ਤੇ ਜਿਹੜੀ ਨਾਮ ਹੈਗਾ ਜੀ ਇਹ ਚੱਡਾ ਪਰਿਵਾਰ ਦੀ ਨੂੰਹ ਦਾ ਤੇ ਕਿਉਂਕਿ ਉਹ ਧੀ ਜਿਹੜੀ ਹੈ ਜੀ ਉਹ ਸਰਨਿਆਂ ਦੀ ਆ ਇਸ ਕਰਕੇ ਜਿਹੜਾ ਜੀ FIR ਅਜੇ ਤੱਕ ਦਰਜ ਨਹੀਂ ਹੋਈ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਪੇਸ਼ੀ ਵੀ ਸੱਦੀ ਗਈ ਆ ਉਹਦੇ ਵਿੱਚੋਂ ਮਾਲਕ ਦਾ ਨਾਮ ਜਿਹੜਾ ਜੀ ਉਹ ਕੱਢ ਦਿੱਤਾ ਗਿਆ ਹਾਲ ਦੀ ਘੜੀ ਹੁਣ ਬਹੁਤੀ ਨਿਗਾਹ ਜਿਹੜੀ ਆ ਜੀ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲ ਰਹੂਗੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਜਿਹੜੀ ਅਰਜ਼ੀ ਪਾਈ ਸੀ ਉਹਦੇ ਉੱਤੇ ਸੂਓ ਮੋਟੋ ਨੋਟਿਸ ਜਿਹੜਾ ਜੀ ਉਹ ਲੈ ਲਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅੱਜ ਇਹਨੇ ਜਿਹੜਾ ਜੀ ਜਿਹੜੇ ਇਹਦੇ ਚੇਅਰਪਰਸਨ ਨੇ ਉਹਨਾਂ ਨੇ ਕੇਂਦਰੀ ਜਿਹੜਾ ਜਲ ਸਰੋਤ ਮੰਤਰਾਲਾ ਪੰਜਾਬ ਤੇ ਰਾਜਸਥਾਨ ਦੀਆਂ ਸਰਕਾਰਾਂ ਪੋਲਿਊਸ਼ਨ ਕੰਟਰੋਲ ਬੋਰਡ ਇਹਨਾਂ ਸਾਰਿਆਂ ਨੂੰ 10:30 ਤੱਕ ਦਾ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲ ਨਿਗਾਹ ਇਸ ਕਰਕੇ ਰਹੂਗੀ ਜੀ ਕਮ ਸੇ ਕਮ ਜਿਹੜੇ ਤਪੇ ਹੋਏ ਹਿਰਦੇ ਆ ਜਿਹੜੇ ਕੁਛ ਵਾਤਾਵਰਨ ਪ੍ਰੇਮੀ ਆ ਜਿਹੜੇ ਇੰਨੀ ਹਾਲ ਦੁਹਾਈ ਪਾ ਰਹੇ ਆ ਉਹਨਾਂ ਨੂੰ ਇੰਨੀ ਕੁ ਤਸੱਲੀ ਜਿਹੜੀ ਦੀ ਹੋ ਜਾਵੇ ਕਿ ਚਲੋ FIR ਤਾਂ ਜੇ ਕੋਈ ਦਰਜ ਹੋ FIR ਹੀ ਦਰਜ ਜਿਹੜੀ ਆ ਜੀ ਉਹ ਨਹੀਂ ਹੋ ਰਹੀ ਇਸ ਮਾਮਲੇ ਦੇ ਉੱਤੇ ਇੰਨਾ ਅਵੇਸਲਾ ਪਾਣਾ ਜੀ ਰਾਤੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਟਵੀਟ ਜ਼ਰੂਰ ਆਇਆ ਆਪ ਤਾਂ ਵੈਸੇ ਉਹ ਪਹਾੜਾਂ ਦੇ ਵਿੱਚ ਨੇ ਕਿ ਇਹਦੇ ਉੱਤੇ ਸਖਤੀ ਜਿਹੜੀ ਆ ਜੀ ਉਹ ਕੀਤੀ ਜਾਊਗੀ ਕਿੰਨੀ ਸਖਤੀ ਕੀਤੀ ਜਾਊਗੀ ਕਿਹੜੇ ਤਰੀਕੇ ਨਾਲ ਸਖਤੀ ਕੀਤੀ ਜਾਊਗੀ ਇਹਦੀ ਡਿਟੇਲ ਤਾਂ ਉਹਨਾਂ ਨੇ ਨਹੀਂ ਦੱਸੀ ਸ਼ਾਇਦ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਜੀ ਉਹ ਬੁਲਾਏ ਜਾਣ ਤੋਂ ਬਾਅਦ ਉਹਨਾਂ ਨੇ ਇਹ ਟਵੀਟ ਜਿਹੜਾ ਜੀ ਉਹ ਕੀਤਾ ਸੋ ਅੱਜ ਪਤਾ ਲੱਗੂਗਾ ਜੀ ਕਿ NGT ਜਿਹੜਾ ਜੀ ਉਹ ਕਿੰਨਾ ਸਖਤ ਇਸ ਮਾਮਲੇ ਦੇ ਉੱਤੇ ਫੈਸਲਾ ਲੈਂਦਾ ਪਰ ਸਵਾਲ ਤੇ ਇਹ ਆ ਜਦੋਂ ਵੋਟਾਂ ਲੈਂਦੇ ਕੀ ਟਵੀਟਾਂ ਤੇ ਵੋਟਾਂ ਲੈਂਦੇ ਆ ਇਹ ਜਨਤਾ ਦਾ ਬੁਰਾ ਹਾਲ ਆ ਕੀ ਦਾ ਕੀ ਕੁਛ ਹੋ ਰਿਹਾ ਤੇ ਇਹ ਆਪਣੇ ਪਹਾੜੀਆਂ ਦੇ ਵਿੱਚ ਗਰਮੀਆਂ ਬਿਤਾ ਰਹੇ ਆ ਤੇ ਅੱਗੇ ਨਸ਼ਾ ਤਸਕਰੀ ਵਾਲੀ ਰਿਪੋਰਟ ਦੀ ਜੇ ਗੱਲ ਕਰੀਏ ਤਾਂ ਸੀਲਬੰਦ ਹਾਈ ਕੋਰਟ ਦੇ ਵਿੱਚ ਦਾਖਲ ਬਿਲਕੁਲ ਜੀ ਐਕਚੁਲੀ ਦੋ ਰਿਪੋਰਟਾਂ ਪੇਸ਼ ਹੋਈਆਂ ਮਾਮਲੇ ਤਿੰਨ ਸੀਗੇ ਇੱਕ ਤਾਂ ਜਿਹੜੀ ਰਿਪੋਰਟ ਸੀ ਜੀ ਜਿਹੜੇ ਸਿਆਸੀ ਲੋਕਾਂ ਦੇ ਉੱਤੇ ਜਿਹੜਾ ਇਹ ਜਾ ਰਿਹਾ ਸੀਗਾ ਜੀ ਮਾਮਲਾ ਉਹਦੀ ਰਿਪੋਰਟ ਜਿਹੜੀ ਹੈ ਜੀ ਉਹ ਪੇਸ਼ ਕੀਤੀ ਗਈ ਆ ਇਹ ਸੀਲਬੰਦ ਰਿਪੋਰਟ ਹੈ ਆਈ ਥਿੰਕ ਇਹ ਪਟਾਰਾ ਤਾਂ ਹੁਣ ਖੁੱਲੂਗਾ ਜੀ ਜਾ ਕੇ 25 ਜੁਲਾਈ ਨੂੰ ਕਿਉਂਕਿ 25 ਜੁਲਾਈ ਨੂੰ ਇਹਦੀ ਜਿਹੜੀ ਹੈ ਜੀ ਅਗਲੀ ਸੁਣਵਾਈ ਹੋਊਗੀ
ਇੱਕ ਮਹੀਨਾ ਅਦਾਲਤਾਂ ਬੰਦ ਰਹਿਣੀਆਂ ਨੇ ਜੀ, ਪਹਿਲੀ ਜੂਨ ਤੋਂ ਲੈ ਕੇ ਜੂਨ ਦਾ ਪੂਰਾ ਮਹੀਨਾ ਅਦਾਲਤਾਂ ਬੰਦ ਰਹਿਣਗੀਆਂ। ਉਹ ਤੋਂ ਬਾਅਦ ਜਿਹੜਾ ਜੀ ਇਹਦੇ ਵਿੱਚ ਇਹ ਰਿਪੋਰਟ ਖੋਲੀ ਜਾਊਗੀ। ਜਿਹੜੇ ਡੀ ਪੀ ਨੇ ਜੀ ਸਿਧਾਰਥ ਚੱਟੋਪਾਧਿਆਇ, ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਆਈ ਪੀ ਐਸ ਆਫਿਸਰ ਪ੍ਰਮੋਦ ਕੁਮਾਰ, ਇਹਨਾਂ ਤਿੰਨਾਂ ਦੀ ਜਿਹੜੀ ਐਸ ਆਈ ਟੀ ਸੀ ਜੀ, ਇਹਨਾਂ ਨੇ ਇਹ ਰਿਪੋਰਟ ਜਿਹੜੀ ਆ ਜੀ ਉਹ ਪੇਸ਼ ਕੀਤੀ ਆ। ਇੱਕ ਰਿਪੋਰਟ ਜਿਹੜੀ ਆ ਜਿਹੜੀ ਸਿਆਸਤਦਾਨਾਂ ਦੇ ਉੱਤੇ ਆ ਜੀ ਨਸ਼ਾ ਤਸਕਰੀ ਵਾਲੀ, ਇਹ ਜਿਹੜੀ ਰਿਪੋਰਟ ਪੇਸ਼ ਕੀਤੀ ਆ ਇਹ ਇਕੱਲੇ ਚੱਟੋਪਾਧਿਆਇ ਹੋਰਾਂ ਨੇ ਸਾਈਨ ਕਰਕੇ ਜਿਹੜੀ ਆ ਜੀ ਉਹ ਰਿਪੋਰਟ ਦਿੱਤੀ ਆ। ਚੱਟੋਪਾਧਿਆਇ ਸਾਹਿਬ ਜਿਹੜਾ ਜੀ ਉਹ ਕਹਿਣਾ ਚਾਹੁੰਦੇ ਸੀ ਕੁਛ ਅਦਾਲਤ ਦੇ ਵਿੱਚ, ਪਰ ਅਦਾਲਤ ਨੇ ਇਹ ਗੱਲ ਆਖੀ ਕਿ ਜਿੰਨੀ ਦੇਰ ਤੱਕ ਉਹ ਰਿਪੋਰਟ ਨਹੀਂ ਪੜ੍ਹ ਲੈਂਦੇ ਓਨੀ ਦੇਰ ਤੱਕ ਅਗਲੀ ਸੁਣਵਾਈ ਇਸ ਮਾਮਲੇ ਦੇ ਉੱਤੇ ਜਿਹੜੀ ਆ ਜੀ ਉਹ ਨਹੀਂ ਕਰਨਗੇ। ਇਹ ਪਟਾਰਾ ਜਿਹੜਾ ਜੀ ਬੰਦ ਰਹੂਗਾ। ਜਿਹੜੇ ਇਹਦੇ ਮੇਰਾ ਨਹੀਂ ਖਿਆਲ ਕਿ ਕੋਈ ਚਾਂਸਿਸ ਬਹੁਤੇ ਹੈਗੇ ਕਿ ਇਹ ਲੀਕ ਹੋ ਸਕਦੀ ਆ, ਹਾਲਾਂਕਿ ਪਹਿਲਾਂ ਇੱਕ ਰਿਪੋਰਟ ਜਿਹੜੀ ਸੀਗੀ ਉਹ ਲੀਕ ਵੀ ਹੋ ਗਈ ਸੀਗੀ। ਸੋ ਉਦੋਂ ਤੱਕ ਇੰਤਜ਼ਾਰ ਆ ਜਿਹੜਾ ਜੀ ਉਹ ਕਰਨਾ ਪਊਗਾ ਕਿ ਇਸ ਰਿਪੋਰਟ ਦੇ ਵਿੱਚ ਅਸਲ ਦੇ ਵਿੱਚ ਹੈ ਕੀ ਸਾਰਾ। ਹਾਂ, ਜਿਹੜੇ ਚੱਟੋਪਾਧਿਆਇ ਹੋਰਾਂ ਦੇ ਖਿਲਾਫ਼ ਜਿਹੜੀ ਜਾਂਚ ਚੱਲ ਰਹੀ ਸੀ, ਜਿਹੜਾ ਚੱਡਾ ਸੁਸਾਈਡ ਸੀਗਾ ਜੀ, ਉਸ ਮਾਮਲੇ ਦੇ ਉੱਤੇ ਸਟੇ ਜਾਰੀ ਰਹੂਗਾ, ਉਹਨਾਂ ਦੀ ਉੱਤੇ ਜਿਹੜੀ ਆ ਜੀ ਅਜੇ ਛਾਣਬੀਣ ਹੋਊਗੀ। ਤੀਜੀ ਸੀਗੀ ਜੀ, ਜਿਹੜੀ ਪੰਜਾਬ ਹਰਿਆਣਾ ਹਾਈਕੋਰਟ ਨੇ ਸੈਂਟਰ ਦੀ ਸਰਕਾਰ ਨੂੰ ਪੁੱਛਿਆ ਸੀਗਾ ਕਿ ਡਰੱਗ ਮਾਮਲੇ ਦੇ ਵਿੱਚ ਜਿਹੜੇ 8 ਕੈਨੇਡਾ ਦੇ ਫਰਾਰ ਵਿਅਕਤੀ ਨੇ ਉਹਨਾਂ ਦੇ ਬਾਰੇ ਦੇ ਵਿੱਚ ਸੈਂਟਰ ਦੀ ਸਰਕਾਰ ਕੀ ਕਰ ਰਹੀ ਹੈ, ਕਿਉਂਕਿ ਸੈਂਟਰ ਦੀ ਸਰਕਾਰ ਦੇ ਨਾਲ ਜੁੜਿਆ ਹੋਇਆ ਮਸਲਾ ਹੈ। ਜਿਹੜੇ ਇੱਥੋਂ ਭਗੌੜੇ ਕਰਾਰ ਦਿੱਤੇ ਹੋਏ ਆ ਜੀ, ਰਣਜੀਤ ਸਿੰਘ ਔਜਲਾ ਹੈ, ਦਾਰਾ ਮਠੱਡਾ, ਗੁਰਸੇਵਕ ਸਿੰਘ ਢਿੱਲੋਂ ਆ, ਨਿਰੰਕਾਰ ਸਿੰਘ ਢਿੱਲੋਂ, ਸਰਬਜੀਤ ਸਿੰਘ ਲਹਿੰਬਰ ਸਿੰਘ, ਅਮਰਜੀਤ ਸਿੰਘ ਕੂਨਰ, ਪ੍ਰਦੀਪ ਸਿੰਘ ਧਾਰੀਵਾਲ, ਅਮਰਿੰਦਰ ਸਿੰਘ ਛੀਨਾ, ਇਹਨਾਂ ਦੇ ਨਾਮ ਜਿਹੜੇ ਜੀ ਉਹ ਸ਼ਾਮਲ ਨੇ। ਸੈਂਟਰ ਦੀ ਸਰਕਾਰ ਨੇ ਜਵਾਬ ਦਿੱਤਾ ਹੈ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਜਿਹੜਾ ਜੀ ਉਹ ਆ ਕੇ ਕਿ ਇਸ ਮਸਲੇ ਦੇ ਉੱਤੇ ਸੈਂਟਰ ਦੀ ਸਰਕਾਰ ਦੇ ਨਾਲ ਜਿਹੜਾ ਜੀ ਉਹ ਚਿੱਠੀਆਂ ਦਾ ਆਦਾਨ ਪ੍ਰਦਾਨ ਜਿਹੜਾ ਜੀ ਉਹ ਵਿਦੇਸ਼ ਮੰਤਰਾਲੇ ਦਾ ਜਾਰੀ ਆ, ਔਰ ਕੈਨੇਡਾ ਦੀ ਸਰਕਾਰ ਨੂੰ ਆਖਿਆ ਗਿਆ ਕਿ ਇਹਨਾਂ ਨੂੰ ਗ੍ਰਿਫ਼ਤਾਰ ਜਿਹੜਾ ਜੀ ਉਹ ਕੀਤਾ ਜਾਵੇ। ਮੈਨੂੰ ਨੀ ਲੱਗਦਾ ਕਿ ਕੈਨੇਡਾ ਦੀ ਸਰਕਾਰ ਦੇ ਵਿੱਚ ਅਜੇ ਇਸ ਮਾਮਲੇ ਦੇ ਉੱਤੇ ਕੋਈ ਹਿੱਲ ਜੁੱਲ ਜਿਹੜੀ ਹੈ ਜੀ ਉਹ ਹੋਈ ਆ ਪਿਛਲੇ ਸਮੇਂ ਦੇ ਦੌਰਾਨ। ਵੇਖਦੇ ਹਾਂ ਅੱਗੋਂ ਜਿਹੜੀ ਆ ਜੀ ਕੁਛ ਹੁੰਦੀ ਹੈ ਜਾਂ ਨਹੀਂ, ਕਿਉਂਕਿ ਆਮ ਹੀ ਲੋਕ ਜਿਹੜੇ ਜੀ ਉੱਥੇ ਅਕਸਰ ਫਿਰਦੇ ਜੀ ਓਪਨ ਥਾਵਾਂ ਦੇ ਉੱਤੇ, ਇੱਥੋਂ ਉਹ ਭਗੌੜੇ ਨੇ। ਇਹ ਹੈਗਾ ਜੀ 6,000 ਕਰੋੜੀ ਡਰੱਗ ਮਾਮਲਾ, ਉਹਦੇ ਵਿੱਚ ਇਹ ਸਾਰੇ ਦੇ ਸਾਰੇ ਵਾਂਟਡ ਨੇ ਜੀ। ਹੋਣਗੇ ਤਾਂ ਹੋਰ ਵੀ ਜੀ, ਦੇਖਦੇ ਹਾਂ ਜਦੋਂ ਰਿਪੋਰਟ ਖੁੱਲ੍ਹਦੀ ਆ ਕੀ ਨਿਕਲਦਾ ਉਹਦੇ ਵਿੱਚ। ਸ਼ਾਹਕੋਟ ਦੀ ਜਿਮਨੀ ਕੋਲ ਚੋਣ ਦੀ ਜੇ ਗੱਲ ਕਰੀਏ ਤਾਂ ਉੱਥੇ ਇੱਕ ਗਰਮੀ ਨੇ ਵੀ ਤੇ ਦੂਜਾ ਜਿਹੜੇ ਲੀਡਰ ਆ ਲੋਕ ਬੜੇ ਸਤਾਏ ਹੋਏ ਆ। ਬਿਲਕੁਲ ਜੀ, ਐਕਚੁਲੀ ਗਰਮੀ ਤਾਂ ਜਿਹੜੀ ਉਹ ਹੈ ਹੀ, ਔਰ ਜਿਹਦੇ ਕਰਕੇ ਵੈਸੇ ਤਾਂ ਜਿਹੜਾ ਅਖਾੜਾ ਹੈ ਜੀ ਇਹ ਹੁਣ ਭਖਿਆ ਆ ਕੇ, ਦਿਨ ਵੈਸੇ 2 ਜਿਹੜੇ ਆ ਜੀ ਉਹ ਰਹਿ ਗਏ ਆ। ਜਿਹੜੇ ਨਵਜੋਤ ਸਿੰਘ ਸਿੱਧੂ ਹੋਰੀ ਨੇ ਜਦੋਂ ਉਹਨਾਂ ਨੂੰ ਜਿਹੜੀ ਹਾਈਕੋਰਟ ਤੋਂ ਮਿਲੀ ਆ ਜੀ, ਮਾਫ਼ ਕਰਨਾ ਸੁਪਰੀਮ ਕੋਰਟ ਤੋਂ ਜਿਹੜੀ ਰਾਹਤ ਮਿਲੀ ਆ, ਉਦੋਂ ਬਾਅਦ ਪਹਿਲੀ ਵਾਰੀ ਉਹਨਾਂ ਨੇ ਮੰਚ ਜਿਹੜਾ ਜੀ ਉਹ ਸਾਂਝਾ ਕੀਤਾ। ਉਹਨਾਂ ਜਿਹੜਾ ਸੀਗਾ ਜੀ ਨਿਸ਼ਾਨਾ ਆਪਣਾ ਅਕਾਲੀ ਦਲ ਦੇ ਉੱਤੇ ਹੀ ਲਾਇਆ, ਔਰ ਇਹ ਕਿਹਾ ਕਿ 10 ਸਾਲਾਂ ਦੇ ਵਿੱਚ ਹਲਕਾ ਸ਼ਾਹਕੋਟ ਦਾ ਨਾਸ ਕਰਕੇ ਰੱਖ ਦਿੱਤਾ ਅਕਾਲੀਆਂ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਸ਼ਾਹਕੋਟ ਨੂੰ ਨਸ਼ਿਆਂ ਦਾ ਅੱਡਾ ਜਿਹੜਾ ਜੀ ਉਹ ਬਣਾ ਕੇ ਵਿਕਾਸ ਕੀਤਾ ਅਕਾਲੀਆਂ ਨੇ। ਇਹ ਵੀ ਗੱਲ ਉਹਨਾਂ ਨੇ ਜਿਹੜੀ ਕਹੀ ਕਿ ਅਕਾਲੀ ਦਲ ਜਿਹੜਾ ਮਨੁੱਖੀ ਨਸਲ ਨੂੰ ਖਤਮ ਕਰਨ ਦੇ ਵਾਸਤੇ ਕਥਿਤ ਰੂਪ ਦੇ ਵਿੱਚ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਜਿਹੜੀ ਅਕਾਲੀ ਦਲ ਹੈ ਜੀ ਉਹ ਕਿਸਾਨਾਂ ਦੇ ਨਾਲ ਹਮਦਰਦੀ ਪ੍ਰਗਟਾ ਕੇ ਵੋਟਾਂ ਜਿਹੜੀਆਂ ਉਹ ਲੈਣੀਆਂ ਚਾਹੁੰਦਾ, ਜਦੋਂ ਕਿ ਕਿਸਾਨੀ ਦਾ ਸਭ ਤੋਂ ਵੱਧ ਨੁਕਸਾਨ ਜਿਹੜਾ ਜੀ ਉਹਨਾਂ ਨੇ ਕੀਤਾ। ਕੱਲ੍ਹ ਨੂੰ ਜਿਹੜੇ ਜੀ ਰੋਡ ਸ਼ੋਅ ਹੋਣਗੇ, ਕੱਲ੍ਹ ਨੂੰ ਬਹੁਤ ਹੀ ਅਟਰੈਕਸ਼ਨ ਜਿਹੜੀ ਹੈ ਜੀ ਇੱਥੇ ਰਹੂਗੀ। ਇਹ ਕਿਹਾ ਜਾ ਰਿਹਾ ਸੰਭਾਵੀ ਰੂਪ 'ਚ, ਪਤਾ ਨਹੀਂ ਲਾਸਟ ਮਿੰਟ 'ਤੇ ਪ੍ਰੋਗਰਾਮ ਕੈਂਸਲ ਰੱਦ ਨਾ ਹੋ ਜਾਵੇ, ਕਿ ਮੁੱਖ ਮੰਤਰੀ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ ਉਹ ਰੋਡ ਸ਼ੋਅ ਕਰਨਗੇ। ਉਹਨਾਂ ਦੇ ਵਾਸਤੇ ਇੱਕ ਵਿਸ਼ੇਸ਼ ਏਅਰ ਕੰਡੀਸ਼ਨ ਰੱਥ ਜਿਹੜਾ ਜੀ ਉਹ ਤਿਆਰ ਕੀਤਾ ਗਿਆ, ਇਹਦੇ 4 ਫੇਰੇ ਜਿਹੜਾ ਜੀ ਐਡਵਰਟਾਈਜ਼ਮੈਂਟ ਜਿਹੜੀਆਂ ਉਹ ਲਾਈਆਂ ਗਈਆਂ ਨੇ ਪੰਜਾਬ ਸਰਕਾਰ ਦੀਆਂ ਕਾਰਗੁਜ਼ਾਰੀਆਂ ਨੂੰ ਦਰਸਾਉਂਦੀਆਂ ਉਹ ਹੋਣਗੇ। ਕੱਲ੍ਹ ਨੂੰ ਜਿਹੜਾ ਜੀ ਅਕਾਲੀ ਦਲ ਦੇ ਵੱਲੋਂ ਵੀ ਇੱਕ ਰੋਡ ਸ਼ੋਅ ਜਿਹੜਾ ਜੀ ਉਹ ਕੀਤਾ ਜਾਊਗਾ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਮਾਂਡ ਜਿਹੜੀ ਆ ਜੀ ਇੱਥੇ ਸੰਭਾਲੀ ਹੋਈ ਆ, ਉਹੀ ਰੋਡ ਸ਼ੋਅ ਦੇ ਵਿੱਚ ਪਾਰਟੀਸਪੇਟ ਕਰਨਗੇ। ਆਮ ਆਦਮੀ ਪਾਰਟੀ ਜਿਹਦੀ ਬਹੁਤੀ ਲੀਡਰਸ਼ਿਪ ਜਿਹੜੀ ਆ ਜੀ ਉਹ ਪਛੜੀ ਰਹੀ ਆ ਇੱਥੇ ਪ੍ਰਚਾਰ ਕਰਨ ਤੋਂ, ਹਾਲਾਂਕਿ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਉਹ ਚੰਗੀ ਦਿੱਖ ਵਾਲੇ ਇਸ ਹਲਕੇ ਦੇ ਵਿੱਚ ਨੇ, ਪੰਥਕ ਹਲਕਾ ਉਹ ਗੁਰਸਿੱਖ ਨੇ, ਇਸ ਕਰਕੇ ਕੁਛ ਫਾਇਦਾ ਉਹਨਾਂ ਨੂੰ ਹੋ ਸਕਦਾ, ਹੋਰ ਹੋ ਸਕਦਾ ਜੇ ਇਹ ਲੀਡਰਸ਼ਿਪ ਰਲ ਕੇ ਜਿਹੜਾ ਜੀ ਉਹ ਚੋਣ ਲੜਦੀ। ਕੁਛ ਲੀਡਰਸ਼ਿਪ ਜਿਹੜੀ ਜੀ ਉਹ ਵਿਦੇਸ਼ਾਂ ਦੇ ਵਿੱਚ ਰਹੀ ਆ। ਕੱਲ੍ਹ ਨੂੰ ਜਿਹੜਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੋਰੀ ਜਿਹੜਾ ਜੀ ਉਹ ਰੋਡ ਸ਼ੋਅ ਕਰਨਗੇ, ਉਹਦੇ ਨਾਲ ਇਹ ਕਿਹਾ ਜਾ ਰਿਹਾ ਜੀ ਕਿ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਹੋਰੀ ਵੀ ਹੋਣਗੇ, ਜਿਹੜੇ ਕਿ ਹੁਣ ਤੱਕ ਇੱਥੇ ਜਿਹੜੀ ਚੋਣ ਪ੍ਰਚਾਰ ਤੋਂ ਲਾਂਭੇ ਜਿਹੜਾ ਜੀ ਉਹ ਰਹੇ ਨੇ। ਸੁਖਪਾਲ ਸਿੰਘ ਖਹਿਰਾ ਹੋਰੀ ਜਿੱਦਣ ਕਾਗਜ਼ ਦਾਖਲ ਕਰਾਉਣੇ ਸੀ ਉਸ ਦਿਨ ਜ਼ਰੂਰ ਗਏ ਸਨ, ਬਾਅਦ ਦੇ ਵਿੱਚ ਉਹਨਾਂ ਵੀ ਬਹੁਤਾ ਜਿਹੜਾ ਜੀ ਹਾਲ ਚਾਲ ਨਹੀਂ ਪੁੱਛਿਆ ਇਸ ਏਰੀਏ ਦਾ।
ਜਿਹੜੇ ਫੂਲਕਾ ਸਾਹਿਬ ਨੇ ਉਹ ਆਏ ਨੀ, ਉਹ ਕਹਿੰਦੇ ਕਿ ਮੇਰਾ ਕੰਮ ਦਿੱਲੀ ਦੇ ਵਿੱਚ ਜ਼ਿਆਦਾ ਹੈ। ਕੰਵਰ ਸੰਧੂ ਹੋਰੀ ਇਹਨਾਂ ਦਿਨਾਂ ਦੇ ਵਿੱਚ ਵਿਦੇਸ਼ ਦੇ ਵਿੱਚ ਨੇ, ਜਿਹਦੇ ਕਰਕੇ ਉਹ ਵੀ ਜਿਹੜਾ ਜੀ ਉਹ ਗੈਰ ਹਾਜ਼ਰ ਨੇ। ਜਿਹੜੀ ਜਿਹੜੀ ਲੀਡਰਸ਼ਿਪ ਹੈ ਜੀ ਉੱਪਰਲੀ, ਉਹਨਾਂ ਦੇ ਵਿੱਚੋਂ ਬਹੁਤ ਘੱਟ ਨੀ ਵੱਲ ਨਜ਼ਰ ਹੀ ਜਿਹੜਾ ਜੀ ਉਹ ਨਹੀਂ ਆਏ। ਹੁਣ ਕੱਲ੍ਹਲਾ ਦਿਨ ਜਿਹੜਾ ਜੀ ਬੜਾ ਅਹਿਮ ਰਹੇਗਾ, ਇਹ ਲਾਸਟ ਦਿਨ ਹੈ ਔਰ ਪੂਰਾ ਜ਼ੋਰ ਜਿਹੜਾ ਜੀ ਉਹ ਲਾਇਆ ਜਾਊਗਾ ਸਾਰੇ ਪਾਰਟੀਆਂ ਦੇ ਵੱਲੋਂ ਵੋਟਰ ਜਿਹੜੇ ਨੇ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਵਾਸਤੇ। ਪਰ ਨਾਲ ਦੀ ਨਾਲ ਇਹ ਵੀ ਹੈ ਜੀ ਕਿ ਗਰਮੀ ਜਿਹੜੀ ਆ ਉਹ ਲੀਡਰ ਜਿਹੜੇ ਆਮ ਤੌਰ ਦੇ ਉੱਤੇ ਏਸੀ ਕਮਰਿਆਂ ਚੋਂ ਬਹੁਤ ਘੱਟ ਜਿਹੜਾ ਜੀ ਉਹ ਨਿਕਲਦੇ ਆ, ਸੋ ਉਹਨਾਂ ਨੂੰ ਮੁੜਕੋ ਮੁੜਕੀ ਜਿਹੜਾ ਜੀ ਹੋਣਾ ਪੈ ਰਿਹਾ ਕਿਉਂਕਿ ਟੱਕਰ ਜਿਹੜੀ ਹੈ ਜੀ ਏਡੀ ਸੌਖੀ। ਬੇਸ਼ੱਕ ਅਕਸਰ ਜਿਹੜੀਆਂ ਜ਼ਿਮਨੀ ਚੋਣਾਂ ਹੁੰਦੀਆਂ ਨੇ ਉਹ ਜਿਹੜੀ ਸੱਤਾਧਾਰੀ ਧਿਰ ਹੁੰਦੀ ਆ ਉਹ ਜਿੱਤਦੀ ਆ, ਪਰ ਏਡੀ ਸੌਖੀ ਵੀ ਲੜਾਈ ਜਿਹੜੀ ਉਹ ਨਹੀਂ ਹੈਗੀ, ਤਿੰਨ ਧਿਰੀ ਲੜਾਈ ਆ, ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਕੱਲ੍ਹ ਵੀ ਆਪਾਂ ਗੱਲ ਕੀਤੀ ਸੀਗੀ ਕਿ ਕਿੰਨੀਆਂ ਕਿੰਨੀਆਂ ਵੱਡੀਆਂ ਵੱਡੀਆਂ ਜਿਹੜੀਆਂ ਝਿਕਾਇਆਂ ਮਿਲੀਆਂ ਆ ਕਿਸਾਨਾਂ ਨੂੰ, ਜਿਹੜਾ ਕਰਜ਼ਾ ਦਿੱਤਾ ਆ, ਅਤੇ ਉੱਥੇ ਸਰਟੀਫਿਕੇਟ ਵੀ ਵੰਡੇ ਜਾਂਦੇ ਆ, ਅਤੇ ਸਰਟੀਫਿਕੇਟ ਵੰਡਣ ਸਮੇਂ ਹੀ ਜਿਹੜੇ ਖੈਬੜ ਪੈ ਜੀ ਕਾਂਗਰਸੀ ਅਤੇ ਰਾਜਾ ਬੜਿੰਗ ਨੂੰ ਖਰੀਆਂ ਖਰੀਆਂ ਸੁਣਨੀਆਂ ਪਈਆਂ। ਬਿਲਕੁਲ ਜੀ, ਐਕਚੁਲੀ ਇਹ ਗਿੱਦੜਬਾਹੇ ਦੇ ਵਿੱਚ ਸਮਾਗਮ ਹੋਇਆ ਸੀ ਕਿਉਂਕਿ ਉੱਥੋਂ ਦੇ ਵਿਧਾਇਕ ਨੇ ਰਾਜਾ ਬੜਿੰਗ ਹੋਰੀ। ਰਾਜਾ ਬੜਿੰਗ ਹੋਰਾਂ ਦਾ ਦਰਤਾ ਵੈਸੇ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਦੇ ਰੂਪ ਦੇ ਵਿੱਚ ਵੀ ਸਾਹਮਣੇ ਆਇਆ ਸੀ ਜਦੋਂ ਉਹਨਾਂ ਨੂੰ ਮੰਤਰੀ ਨਹੀਂ ਸੀ ਬਣਾਇਆ ਗਿਆ। ਬਹੁਤ ਕੁਛ ਜਿਹੜਾ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਰਿਹਾ। ਇਹ ਸਰਟੀਫਿਕੇਟ ਵੰਡਣ ਦਾ ਕੰਮ ਜਿਹੜਾ ਜੀ ਦਾਣਾ ਮੰਡੀ ਦੇ ਵਿੱਚ ਸੀਗਾ, ਕਿਉਂਕਿ ਇੱਥੇ ਇੱਕ ਨਾ ਜੀ ਅਜੀਬ ਜਿਹੀ ਗੱਲ ਹੈ ਕਿ ਹਰ ਬੰਦਾ ਜਿਹੜਾ ਉਹ ਸਟੇਜ ਦੇ ਉੱਤੇ ਚੜ੍ਹਨਾ ਚਾਹੁੰਦਾ ਹੈ ਕਿ ਜਿੰਨੀ ਦੇਰ ਤੱਕ ਮੈਂ ਸਟੇਜ ਤੇ ਨਾ ਦਿਸਿਆ ਉਨੀ ਦੇਰ ਤੱਕ ਮੇਰੀ ਹਾਜ਼ਰੀ ਜਿਹੜੀ ਉਹ ਨਹੀਂ ਲੱਗਣੀ, ਤੇ ਨੇਤਾ ਦੇ ਨੇੜਤਾ ਜਿਹੜੀ ਹੈ ਜੀ ਫਿਰ ਲੋਕਾਂ ਨੂੰ ਕਿਵੇਂ ਪਤਾ ਲੱਗੂ, ਕਿਉਂਕਿ ਉਹੀ ਨੇੜਤਾ ਜਿਹੜੀ ਹੈ ਨਾ ਫਿਰ ਉਹਨੂੰ ਵੇਚਿਆ ਜਾਂਦਾ ਅੱਗੇ ਤੋਂ ਅੱਗੇ। ਗਿੱਦੜਬਾਹਾ ਦੀ ਰਾਜ ਮੰਡੀ ਦੇ ਵਿੱਚ ਵੀ ਇਸੇ ਤਰੀਕੇ ਦਾ ਹੋਇਆ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਜਿਹੜਾ ਜੀ ਜਦੋਂ ਆਏ ਤਾਂ ਜਿਹੜੇ ਕੁਛ ਕਾਂਗਰਸੀ ਵਰਕਰ ਸੀ ਜਿੰਦਾਬਾਦ ਮੁਰਦਾਬਾਦ ਵਾਲੇ ਉਹ ਵੀ ਮਗਰ ਮਗਰ ਸਟੇਜ ਦੇ ਉੱਤੇ ਚੜ੍ਹਨ ਲੱਗ ਗਏ ਜੀ, ਔਰ ਉੱਥੋਂ ਦੇ ਵਿਧਾਇਕ ਜਿਹੜਾ ਸੀ ਰਾਜਾ ਬੜਿੰਗ ਨੇ ਰੋਕ ਦਿੱਤਾ ਜੀ। ਅਸਲ 'ਚ ਕੰਮ ਖਰਾਬ ਇੱਥੋਂ ਹੋ ਗਿਆ ਕਿ ਫੂਲੇ ਵਾਲਾ ਦਾ ਇੱਕ ਕਾਂਗਰਸੀ ਵਰਕਰ ਹੈ, ਉਹਨੂੰ ਰਾਜਾ ਬੜਿੰਗ ਦੇ ਜਿਹੜੇ ਸੀਗਾ ਉਹਦੇ ਸਮਰਥਕਾਂ ਨੇ ਸਟੇਜ ਤੋਂ ਜਿਹੜਾ ਹੇਠਾਂ ਉਤਾਰਤਾ। ਉਹਦਾ ਜਿਹੜਾ ਪਿਓ ਸੀਗਾ ਉੱਥੇ ਹੀ ਸੀਗਾ ਜੀ ਮਨਜੀਤ ਸਿੰਘ, ਪਰ ਉਹ ਫਿਰ ਗੁੱਸੇ ਦੇ ਵਿੱਚ ਆ ਗਿਆ ਜੀ। ਇਹ ਮਨਜੀਤ ਸਿੰਘ ਆ ਜਿਹੜੀ ਇੱਕ ਵੀਡੀਓ ਵਾਇਰਲ ਜਿਹੜੀ ਆ ਜੀ ਹੋ ਰਹੀ, ਉਹਨਾਂ ਨੇ ਬਹੁਤ ਕੁਛ ਜਿਹੜਾ ਜੀ ਉਹ ਬੋਲਿਆ। ਇੱਥੋਂ ਤੱਕ ਕਹਿਤਾ ਰਾਜਾ ਬੜਿੰਗ ਨੂੰ ਕਿ ਤੂੰ ਆਪਣਾ ਟਾਈਮ ਜਿਹੜਾ ਜੀ ਉਹ ਭੁੱਲ ਗਿਆ ਜਦੋਂ ਅਸੀਂ ਡਰੱਗਸ ਮਾਮਲੇ ਦੇ ਵਿੱਚ ਤੈਨੂੰ ਕਢਾਇਆ ਸੀਗਾ, ਤੇ ਹੁਣ ਤੂੰ ਮੇਰੇ ਮੁੰਡੇ ਨੂੰ ਧੱਕੇ ਜਿਹੜੇ ਆ ਜੀ ਉਹ ਮਰਵਾ ਦਿੱਤੇ ਆ। ਔਰ ਜਿਹੜੇ ਦੂਜੇ ਕਾਂਗਰਸੀ ਸੀਗੇ ਜੀ ਉਹਨਾਂ ਨੇ ਫਿਰ ਮੂਹਰੇ ਆ ਕੇ ਮਨਜੀਤ ਸਿੰਘ ਨੂੰ ਸ਼ਾਂਤ ਜਿਹੜਾ ਸੀਗਾ ਜੀ ਉਹ ਕਰਵਾਇਆ ਔਰ ਉਹਨੂੰ ਸਾਈਡ ਦੇ ਉੱਤੇ ਜਿਹੜਾ ਜੀ ਉਹ ਲੈ ਗਏ। ਜਿਸ ਕਿਸਮ ਦੇ ਨਾਲ ਮਨਜੀਤ ਸਿੰਘ ਉਧੇੜਨ ਲੱਗ ਗਿਆ ਸੀਗਾ ਜੀ, ਉੱਥੇ ਹਾਲਾਤ ਹੀ ਜਿਹੜੇ ਬੜੇ ਅਜੀਬੋ ਗਰੀਬ ਬਣ ਗਏ। ਕੁਛ ਮਿੰਟ ਦੇ ਵਾਸਤੇ ਤਾਂ ਸਮਝ ਹੀ ਨਹੀਂ ਆਇਆ ਜਿਹੜੇ ਸਟੇਜ ਦੇ ਉੱਤੇ ਲੋਕ ਬੈਠੇ ਸੀਗੇ ਕਿ ਇਹ ਕਹਾਣੀ ਕਿਸ ਪਾਸੇ ਵੱਲ ਨੂੰ ਜਿਹੜੀ ਆ ਜੀ ਉਹ ਤੁਰ ਪਈ, ਕਿਉਂਕਿ ਪੱਤਰਕਾਰ ਜਿਹੜੇ ਸੀਗੇ ਜੀ ਉਹਨਾਂ ਦਾ ਧਿਆਨ ਵੀ ਉਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜ਼ਿਆਦਾ ਚਲੇ ਗਿਆ। ਹਾਲਾਂਕਿ ਇਹਦੇ ਉੱਤੇ ਸਫਾਈ ਦਿੰਦਿਆਂ ਹੋਇਆਂ ਬਾਅਦ ਦੇ ਵਿੱਚ ਜਿਹੜੇ ਰਾਜਾ ਬੜਿੰਗ ਨੇ ਉਹਨਾਂ ਨੇ ਕਿਹਾ ਕਿ ਡਰੱਗਸ ਦੇ ਕਿਸੇ ਵੀ ਮਾਮਲੇ ਦੇ ਵਿੱਚ ਉਹਨਾਂ ਦਾ ਕੋਈ ਸੰਬੰਧ ਨਹੀਂ ਜਿਹੜਾ ਜੀ ਉਹ ਰਿਹਾ। ਉਹ ਕਹਿੰਦੇ ਕਿ ਐਵੇਂ ਹੀ ਮਨਜੀਤ ਸਿੰਘ ਜਿਹੜਾ ਸੀਗਾ ਇਹ ਛੁਰਲੀ ਛੱਡ ਕੇ ਜਿਹੜਾ ਉਹ ਚਲੇ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਜਾਂਚ ਹੁੰਦੀ ਹੈ ਤਾਂ ਉਹਦਾ ਉਹ ਸਾਹਮਣਾ ਕਰਨ ਦੇ ਵਾਸਤੇ ਹਮੇਸ਼ਾ ਜਿਹੜਾ ਜੀ ਉਹ ਤਿਆਰ ਨੇ। ਪਰ ਇੰਨਾ ਜ਼ਰੂਰ ਆ ਜੀ ਕਿ ਜਿਹੜਾ ਜਦੋਂ ਤੋਂ ਤੁਸੀਂ ਇਹ ਕਹਿ ਲਓ ਕਿ ਕਿਸਾਨਾਂ ਦੇ ਵਾਸਤੇ ਇਹ ਜਿਹੜੇ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਨੇ ਉਹ ਵੰਡੇ ਜਾਂਦੇ ਨੇ, ਇਹ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਕਾਂਗਰਸ ਨੂੰ ਇਹਦਾ ਕ੍ਰੈਡਿਟ ਜਿਹੜਾ ਜੀ ਉਹ ਮਿਲਣ ਦੀ ਜਗ੍ਹਾ ਦੇ ਉੱਤੇ ਕੰਟਰੋਵਰਸੀ ਜਿਹੜੀ ਆ ਜੀ ਉਹ ਕ੍ਰੀਏਟ ਹੋ ਜਾਂਦੀ ਹੈ। ਉਹ ਚਾਹੇ ਇੱਕ ਰੂਪ ਦੇ ਵਿੱਚ ਹੋਵੇ ਚਾਹੇ ਦੂਜੇ ਰੂਪ ਦੇ ਵਿੱਚ ਹੋਵੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਕੰਟਰੋਵਰਸੀ ਐਸਾ ਜਿਹੜਾ ਜੀ ਜਨਮ ਲੈਂਦੀ ਹੈ ਕਿ ਕਾਂਗਰਸੀ ਜਿਹਨਾਂ ਨੇ ਇਹਦੀ ਬੱਲੇ ਬੱਲੇ ਚਲਾਉਣੀ ਹੁੰਦੀ ਉਹ ਬੱਲੇ ਬੱਲੇ ਹੁੰਦੀ ਨੀਗੀ ਤੇ ਦੂਜੇ ਪਾਸੇ ਨੂੰ ਕਹਾਣੀ ਤੁਰ ਪੈਂਦੀ। ਇਸੇ ਤਰ੍ਹਾਂ ਦਾ ਕੁਛ ਗਿੱਦੜਬਾਹਾ ਦੇ ਵਿੱਚ ਹੋਇਆ ਜੀ। ਜੀ ਬਿਲਕੁਲ, ਤੁਸੀਂ ਸਟੇਜ ਤੇ ਬੈਠਣ ਦੀ ਗੱਲ ਕੀਤੀ ਆ, ਕਈਆਂ 'ਚ ਭੂਤ ਵੀ ਆ ਜਾਂਦੇ ਆ ਜਿਹੜੇ ਸਟੇਜ ਤੇ ਬਹਿੰਦੇ ਆ। ਤੇ ਅੱਗੇ ਇੱਕ ਪੱਤਰਕਾਰ ਦੀ ਗੱਲ ਕਰਦੇ ਆ, ਕੇ ਜੇ ਸਿੰਘ, ਉਸ ਤੇ ਉਸਦੀ ਮਾਂ ਦਾ ਕਤਲ ਕਰ ਦਿੱਤਾ ਗਿਆ ਸੀ ਪਿਛਲੇ ਇੱਕ ਸਾਲ, ਤੇ ਉਸ ਮਰਡਰ ਦੇ ਕਰਕੇ ਜਿਹੜੇ ਡਾਕਟਰ ਆ ਉਹ ਕੋਰਟ ਦੇ ਵਿੱਚ। ਬਿਲਕੁਲ ਜੀ, ਐਕਚੁਲੀ ਇਹ ਮਾਮਲਾ ਅਜੇ ਵੀ ਬਹੁਤ ਸਾਰੇ ਜਿਹੜੇ ਇਹਨਾਂ ਦੀ ਅਣਸੁਲਝੇ ਸਵਾਲ ਜਿਹੜੇ ਆ ਜੀ ਉਹਨਾਂ ਦੇ ਰੂਪ ਦੇ ਵਿੱਚ ਚਰਚਿਤ ਜਿਹੜਾ ਜੀ ਉਹ ਹੈਗਾ, ਕਿਉਂਕਿ ਕਈ ਕੁਛ ਜਿਹੜਾ ਜੀ ਉਹ ਲੁਕਿਆ ਹੀ ਅਜੇ ਵੀ ਜਿਹੜਾ ਜੀ ਹੋ ਜਾਂਦਾ ਕਿ ਉਦੋਂ ਹੋਇਆ ਕੀ ਸੀਗਾ। ਕਿਉਂਕਿ ਜਿਹੜੇ ਕੇ ਜੇ ਸਿੰਘ ਹੋਰੀ ਸਨ ਜੀ ਉਹ ਬੜੇ ਇੱਕ ਵਧੀਆ ਵਿਅਕਤੀ ਵਜੋਂ ਜਾਣੇ ਜਾਂਦੇ ਸਨ, ਚੰਗੇ ਸ਼ਾਂਤ ਰਹਿਣ ਵਾਲੇ ਸੁਭਾਅ ਦੇ ਜਿਹੜਾ ਜੀ ਉਹ ਮਾਲਕ ਸਨ, ਕਿ ਉਹ ਬਹੁਤਾ ਕੁਛ ਜਿਹੜਾ ਜੀ
ਕਿਸੇ ਨੂੰ ਜ਼ਿਆਦਾ ਕਹਿੰਦੇ ਸੁਣਦੇ ਨਹੀਂ ਸਨ ਕੀ ਕਾਰਨ ਬਣਿਆ ਉਹਨਾਂ ਦੇ ਜਿਹੜਾ ਜੀ ਉਹ ਕਤਲ ਦਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਅਜੇ ਤੱਕ ਬਣਿਆ ਹੋਇਆ ਹੁਣ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਡਾਕਟਰ ਜਿਹੜੇ ਨੇ ਉਹ ਅਦਾਲਤ ਦੇ ਵਿੱਚ ਤਲਬ ਜਿਹੜਾ ਜੀ ਉਹ ਕੀਤੇ ਗਏ ਆ ਉਹਨਾਂ ਦੀ ਕੇਜੇ ਸਿੰਘ ਤੇ ਉਹਨਾਂ ਦੀ ਮਾਤਾ ਜਿਹੜੀ ਸੀ ਦੋਨਾਂ ਦਾ ਕਤਲ ਇਹ ਹੋ ਗਿਆ ਸੀਗਾ ਮਟੌਰ ਪੁਲਿਸ ਜਿਹੜੀ ਆ ਜੀ ਉਹ ਕੇਸ ਦੀ ਸਾਰੀ ਪ੍ਰੋਪਰਟੀ ਅਦਾਲਤ ਦੇ ਵਿੱਚ ਪੇਸ਼ ਨਹੀਂ ਕਰ ਸਕੀ ਕੇਜੇ ਸਿੰਘ ਹੋਰਾਂ ਦੀ ਕਾਰ ਤੇ ਜਿਹੜੇ ਚਾਕੂ ਦੇ ਨਾਲ ਮਾਂ ਪੁੱਤ ਦੀ ਹੱਤਿਆ ਕੀਤੀ ਗਈ ਸੀ ਉਹ ਕੇਸ ਪ੍ਰੋਪਰਟੀ ਦੇ ਵਿੱਚੋਂ ਗਾਇਬ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਖੜਾ ਹੈ ਜੀ ਪਟੌਰ ਥਾਣੇ ਦੇ ਜਿਹੜੇ ਐਸ ਐਚ ਓ ਹੈ ਜੀ ਉਹ ਕਹਿੰਦੇ ਆ ਕਿ ਸੁਣਵਾਈ ਦੇ ਦੌਰਾਨ ਪੁਲਿਸ ਨੇ ਕੇਸ ਦੇ ਨਾਲ ਸੰਬੰਧਿਤ ਰਿਕਾਰਡ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਔਰ ਅਦਾਲਤ ਨੇ 13 ਜੁਲਾਈ ਦੇ ਉੱਤੇ ਅਗਲੀ ਜਿਹੜੀ ਹੈ ਜੀ ਉਹ ਤਰੀਕ ਪਾਈ ਹੈ ਕੇਜੇ ਸਿੰਘ ਹੋਰਾਂ ਦੀ ਤੇ ਉਹਦੇ ਮੁੰਡੇ ਜਿਹੜੇ ਸੀਗੇ ਜੀ ਉਹਨਾਂ ਦੀ ਕ੍ਰਾਸ ਜਿਹੜੀ ਆ ਉਹ ਵੀ ਪੂਰੀ ਹੋਈ ਆ ਕਿ ਅਦਾਲਤ ਨੇ ਇਸ ਮਾਮਲੇ ਦੀ ਅਗਵਾਈ ਦੇ ਉੱਤੇ ਕੇਜੇ ਸਿੰਘ ਤੇ ਉਹਦੀ ਮਾਂ ਹੋਰਾਂ ਦੀ ਲਾਸ਼ ਜਿਹੜੀ ਸੀ ਉਹਦੇ ਪੋਸਟਮਾਰਟਮ ਕਰਨ ਵਾਲੇ ਮੈਡੀਕਲ ਬੋਰਡ ਦੇ ਡਾਕਟਰ ਜਿਹੜੇ ਆ ਉਹਨਾਂ ਨੂੰ ਵੀ ਸੱਦਿਆ ਬਤੌਰ ਸਰਕਾਰੀ ਗਵਾਹ ਬਿਆਨ ਜਿਹੜੇ ਜੀ ਉਹਨਾਂ ਦੇ ਦਰਜ ਕੀਤੇ ਜਾਣਗੇ ਜਿਹੜਾ ਬਚਾਅ ਪੱਖ ਦਾ ਵਕੀਲ ਹੈ ਜੀ ਉਹ ਇਹ ਕਹਿੰਦਾ ਕਿ ਪੁਲਿਸ ਦੇ ਵੱਲੋਂ ਮੁਲਜ਼ਮ ਗੌਰਵ ਕੁਮਾਰ ਨੂੰ ਝੂਠੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਫਸਾਇਆ ਜਾ ਰਿਹਾ ਕਿਉਂਕਿ ਉਹ ਨਿਰਦੋਸ਼ ਹੈ ਉਹ ਉਹਦਾ ਇਹ ਕਹਿਣਾ ਹੈ ਕਿ ਪੁਲਿਸ ਜਾਂਚ ਦੇ ਵਿੱਚ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕਿ ਹੈਰਾਨੀਜਨਕ ਨੇ ਇੱਕ ਤਾਂ ਕੇਜੇ ਸਿੰਘ ਹੋਰਾਂ ਦੀ ਕਰੋੜਾਂ ਰੁਪਏ ਦੀ ਕੋਠੀ ਲਈ ਹੱਤਿਆ ਜਿਹੜੀ ਹੈ ਜੀ ਉਹ ਕੀਤੀ ਗਈ ਆ ਉਹਨਾਂ ਨੇ ਸੰਭਾਵਨਾ ਇਹ ਵੀ ਜਤਾਈ ਆ ਕਿ ਸਾਜਿਸ਼ ਦੇ ਵਿੱਚ ਉਹਦੇ ਕਰੀਬੀ ਰਿਸ਼ਤੇਦਾਰ ਜਿਹੜੇ ਆ ਜੀ ਉਹ ਸ਼ਾਮਿਲ ਹੋ ਸਕਦੇ ਆ ਇਹ ਵੀ ਕਿਹਾ ਗਿਆ ਕਿ ਪੁਲਿਸ ਦੀ ਜਾਂਚ ਦੇ ਵਿੱਚ ਇਸ ਤਰ੍ਹਾਂ ਦੇ ਸੰਕੇਤ ਵੀ ਮਿਲੇ ਆ ਕਿ ਇਹਨਾਂ ਪੱਖਾਂ ਦੀ ਜਾਂਚ ਜਿਹੜੀ ਆ ਜੀ ਉਹ ਜਾਰੀ ਹੈ ਮੈਂ ਇਸੇ ਕਰਕੇ ਕਹਿ ਸਕਦਾ ਕੁਛ ਅਣਸੁਲਝੇ ਸਵਾਲ ਨੇ ਜਿਹੜੇ ਕੇਜੇ ਸਿੰਘ ਹੋਰਾਂ ਦੇ ਜਿਹੜਾ ਇਹ ਕਤਲ ਸੀਗਾ ਉਹਦੇ ਨਾਲ ਜੁੜੇ ਹੋਏ ਨੇ ਕਿਉਂਕਿ ਜਿਹੜੀ ਪੁਲਿਸ ਨੇ ਕਹਾਣੀ ਜਿਹੜੀ ਉਹ ਬਣਾਈ ਆ ਕਿ ਇਹ ਵਿਅਕਤੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਦੇਖਿਆ ਗਿਆ ਇਹਨੂੰ ਇੱਕ ਦਿਨ ਪਾਰਕ 'ਚ ਬੈਠੇ ਨੂੰ ਕੇਜੇ ਸਿੰਘ ਹੋਰਾਂ ਨੇ ਝਿੜਕ ਦਿੱਤਾ ਉਹ ਝਿੜਕ ਦੀ ਜਿਹੜੀ ਗੱਲ ਸੀ ਉਹਨੇ ਆਪਣੇ ਰੱਖੀ ਮਨ ਦੇ ਵਿੱਚ ਔਰ ਉਹਨੇ ਇਹ ਬਦਲਾ ਜਿਹੜਾ ਸੀ ਉਹ ਕਤਲ ਦਾ ਰਿਹਾ ਇੱਕ ਝਿੜਕ ਦੇ ਕਰਕੇ ਕੋਈ ਦੋ ਕਤਲ ਇੰਨੇ ਵਹਿਸ਼ੀਆਨਾ ਤਰੀਕੇ ਨਾਲ ਕਰ ਸਕਦਾ ਇਹ ਸਵਾਲ ਹੈ ਜੀ ਬਹੁਤ ਵੱਡਾ ਜਿਹੜਾ ਉਹ ਸਵਾਲ ਹੈ ਜੇ ਉਹਨੇ ਮਰਡਰ ਇਹ ਨਹੀਂ ਕੀਤਾ ਤਾਂ ਫਿਰ ਮਰਡਰ ਇਹ ਕੀ ਕੀਤਾ ਇਹ ਆਪਣੇ ਆਪ ਦੇ ਵਿੱਚ ਜਿਹੜਾ ਸਵਾਲ ਹੈ ਕੇਜੇ ਸਿੰਘ ਹੋਰਾਂ ਨੇ ਮੈਰਿਜ ਨਹੀਂ ਸੀ ਕਰਵਾਈ ਤੇ ਉਹ ਸਿੰਗਲ ਹੀ ਸਨ ਜੀ ਤੇ ਅੱਗੇ ਪੰਜਾਬ ਦੇ ਵਿੱਚ ਬੀਜੇਪੀ ਦੀ ਜੇ ਗੱਲ ਕਰੀਏ ਵੈਸੇ ਤਾਂ ਸਾਰੇ ਪਾਰਟੀਆਂ ਦੇ ਵਿੱਚ ਸਿਰਫ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਧੜੇਬੰਦੀ ਆ ਤੇ ਉਹਨਾਂ ਦੀ ਉੱਪਰਲੀ ਲੀਡਰਸ਼ਿਪ ਲਈ ਸਰਦਰਦੀ ਭਾਜਪਾ ਹਾਈਕਮਾਨ ਨੇ ਜੀ ਪਾਰਟੀ ਦੀ ਜਿਹੜੀ ਅੰਦਰੂਨੀ ਧੜੇਬਾਜ਼ੀ ਆ ਉਹਨੂੰ ਖਤਮ ਕਰਨ ਦੇ ਵਾਸਤੇ ਵਿਜੇ ਸਾਂਪਲਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਦੀ ਕੁਰਸੀ ਤੇ ਬਿਠਾਇਆ ਪਰ ਭਾਜਪਾ ਦੇ ਵਿੱਚ ਧੜੇਬੰਦੀ ਖਤਮ ਹੋਣ ਦੀ ਜਗ੍ਹਾ ਹੋਰ ਵੱਧਦੀ ਜਿਹੜੀ ਹੈ ਉਹ ਜਾ ਰਹੀ ਹੈ ਪੰਜਾਬ ਭਾਜਪਾ ਦੇ ਵਿੱਚ ਤਿੰਨ ਧੜੇ ਬਣ ਗਏ ਆ ਤਿੰਨ ਧੜਿਆਂ ਦੇ ਵੱਲੋਂ ਮੀਡੀਆ ਨੂੰ ਵੱਖੋ ਵੱਖਰੇ ਪ੍ਰੈਸ ਬਿਆਨ ਜਿਹੜੇ ਆ ਜੀ ਉਹ ਜਾਰੀ ਕੀਤੇ ਜਾ ਰਹੇ ਆ ਸ਼ਵੇਤ ਮਲਿਕ ਦੇ ਪ੍ਰਧਾਨ ਬਣਨ ਤੋਂ ਕਈ ਦਿਨਾਂ ਤੱਕ ਤਾਂ ਮਲਿਕ ਦੇ ਮੀਡੀਆ ਇੰਚਾਰਜ ਤੇ ਭਾਜਪਾ ਦੇ ਸਾਬਕਾ ਸੈਕਟਰੀ ਵਨੀਤ ਜੋਸ਼ੀ ਦੇ ਵੱਲੋਂ ਇੱਕੋ ਮੁੱਦੇ ਦੇ ਉੱਤੇ ਵੱਖ ਵੱਖ ਪ੍ਰੈਸ ਬਿਆਨ ਜਿਹੜੇ ਸੀ ਉਹ ਜਾਰੀ ਕੀਤੇ ਜਾਂਦੇ ਰਹੇ ਨਵੇਂ ਪ੍ਰਧਾਨ ਦੇ ਮੀਡੀਆ ਇੰਚਾਰਜ ਆਰ ਐਸ ਗਿੱਲ ਦੇ ਵੱਲੋਂ ਜਿਹੜਾ ਜੀ ਅਹੁਦਾ ਸੰਭਾਲਣ ਤੋਂ ਬਾਅਦ ਸਾਬਕਾ ਸੈਕਟਰੀ ਵਨੀਤ ਜੋਸ਼ੀ ਨੇ ਸ਼ਵੇਤ ਮਲਿਕ ਦੇ ਨਾਂ ਤੇ ਪ੍ਰੈਸ ਨੋਟ ਭੇਜਣੇ ਬੰਦ ਕਰਤੇ ਦੇ ਵੱਲੋਂ ਸਾਬਕਾ ਪ੍ਰਧਾਨ ਵਿਜੇ ਸਾਂਪਲਾ ਦੇ ਨਾਂ ਤੇ ਪ੍ਰੈਸ ਬਿਆਨ ਜਿਹੜੇ ਜੀ ਉਹ ਭੇਜਣੇ ਜਾਰੀ ਨੇ ਵਨੀਤ ਜੋਸ਼ੀ ਤੇ ਪਾਰਟੀ ਦੇ ਸਾਬਕਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੇ ਵੱਲੋਂ ਮੁੱਖ ਮੰਤਰੀ ਦੀ ਸੇਵਾ ਕਾਲ ਦੀ ਕਾਰਗੁਜ਼ਾਰੀ ਬਾਰੇ ਪ੍ਰੈਸ ਕਾਨਫਰੰਸ ਕਰਕੇ ਰਿਪੋਰਟ ਕਾਰਡ ਵੀ ਪੇਸ਼ ਕੀਤਾ ਗਿਆ ਤੇ ਇਹਦੇ ਸੰਬੰਧੀ ਪ੍ਰੈਸ ਵੀ ਜਿਹੜਾ ਬਿਆਨ ਸੀ ਉਹ ਜਾਰੀ ਕੀਤਾ ਗਿਆ ਪਰ ਇਹ ਪ੍ਰੈਸ ਬਿਆਨ ਵਾਪਸ ਲੈਣ ਲਈ ਮੀਡੀਆ ਨੂੰ ਜਿਹੜੀ ਉਹ ਬਾਅਦ ਜਾਣਕਾਰੀ ਦਿੱਤੀ ਸ਼ਵੇਤ ਮਲਿਕ ਦੇ ਵੱਲੋਂ ਹਰਜੀਤ ਸਿੰਘ ਗਰੇਵਾਲ ਤੇ ਮਨੀਤ ਜੋਸ਼ੀ ਦੇ ਵੱਲੋਂ ਬਿਨਾਂ ਪ੍ਰਵਾਨਗੀ ਤੋਂ ਪ੍ਰੈਸ ਕਾਨਫਰੰਸ ਕਰਨ ਤੇ ਪ੍ਰੈਸ ਨੋਟ ਜਾਰੀ ਕਰਨ ਨੂੰ ਗੰਭੀਰਤਾ ਦੇ ਨਾਲ ਜਿਹੜਾ ਜੀ ਉਹ ਲਿਆ ਜਾ ਰਿਹਾ ਜਿਹਦੇ ਕਰਕੇ ਪ੍ਰੈਸ ਨੂੰ ਬਾਅਦ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਪ੍ਰੈਸ ਨੋਟ ਉਹ ਛਾਪਿਆ ਨਾ ਜਾਵੇ ਕਿਸੇ ਜਗ੍ਹਾ ਦੇ ਉੱਤੇ ਇਸੇ ਕਰਕੇ ਵਨੀਤ ਜੋਸ਼ੀ ਦੇ ਵੱਲੋਂ ਪ੍ਰੈਸ ਬਿਆਨ ਜਿਹੜਾ ਸੀ ਬਾਅਦ ਚ ਵਾਪਸ ਲੈ ਲਿਆ ਗਿਆ ਜੀ ਜਦੋਂ ਕੇਂਦਰੀ ਸਿਹਤ ਮੰਤਰੀ ਨੇ ਚੰਡੀਗੜ੍ਹ ਪਹੁੰਚ ਕੇ ਪਿਛਲੇ ਦਿਨੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਤਾਂ ਉਦੋਂ ਸਾਬਕਾ ਪ੍ਰਧਾਨ ਜਿਹੜੇ ਕਮਲ ਸ਼ਰਮਾ ਸੀ ਉਹਨਾਂ ਦੇ ਵੱਲੋਂ ਕੇਂਦਰੀ ਸਿਹਤ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਔਰ ਬਕਾਇਦਾ ਫਿਰੋਜ਼ਪੁਰ ਦੇ ਵਿੱਚ ਹਸਪਤਾਲ ਦੇ ਪ੍ਰੋਜੈਕਟ ਬਾਰੇ ਵੀ ਪ੍ਰੈਸ ਬਿਆਨ ਜਿਹੜਾ ਜੀ ਉਹ ਜਾਰੀ ਕੀਤਾ ਗਿਆ ਸੀਗਾ ਵਿਜੇ ਸਾਂਪਲਾ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਖੰਨਾ ਸਾਬਕਾ ਪ੍ਰਧਾਨ ਕਮਲ ਸ਼ਰਮਾ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਇਹ ਵੱਖੋ ਵੱਖਰੇ ਧੜੇ ਜਿਹੜੇ ਆ ਜੀ ਉਹ ਕੰਮ ਕਰ ਰਹੇ ਆ ਔਰ ਵਨੀਤ ਜੋਸ਼ੀ ਜਿਹੜੇ ਜੀ ਉਹ ਕਹਿੰਦੇ ਕਿ ਭਾਜਪਾ ਦੇ ਵਿੱਚ ਕੋਈ ਧੜੇਬੰਦੀ ਜਿਹੜੀ ਨਹੀਂ ਆ ਜੀ ਜਦੋਂ ਪਹਿਲਾਂ ਪ੍ਰੈਸ ਰਿਲੀਜ਼ ਕੀ ਗਈ ਫਿਰ ਉਹ ਪ੍ਰੈਸ ਨੋਟ ਜਿਹੜਾ ਸੀ ਉਹ ਵਾਪਸ ਲਿਆ ਗਿਆ
ਇਹਦੇ ਉੱਤੇ ਜਿਹੜੀ ਹੈ ਜੀ ਕੋਈ ਗੱਲ ਕਰਨ ਦੇ ਵਾਸਤੇ ਤਿਆਰ ਨੀਗਾ ਕਿ ਕੀ ਕਾਰਨ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ਼ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਗਈ, ਪ੍ਰੈਸ ਨੋਟ ਜਾਰੀ ਕੀਤਾ ਗਿਆ, ਇੱਕ ਧੜਾ ਜਿਹੜਾ ਸੀ ਉਹਨੇ ਪ੍ਰੈਸ ਨੂੰ ਫੋਨ ਕਰਕੇ ਕਿ ਇਹ ਛਾਪਿਓ ਨਾ, ਤੇ ਜਿਨ੍ਹਾਂ ਨੇ ਇਹ ਪ੍ਰੈਸ ਰਿਲੀਜ਼ ਜਿਹੜੀ ਦਿੱਤੀ ਸੀਗੀ ਉਹ ਸਾਰੇ ਦੇ ਸਾਰੇ ਮੁੜ ਕੇ ਮੁੱਕਰ ਗਏ ਔਰ ਉਹ ਆਪ ਹੀ ਵਾਪਸ ਲੈਣ ਲੱਗੇ ਜੀ। ਤੇ ਅੱਗੇ ਕਰਨਾਟਕਾ ਦੇ ਵਿੱਚ ਸਹੁੰ ਚੁੱਕ ਸਮਾਗਮ ਹੋਣਾ ਹੈ ਤੇ ਉਸ ਤੋਂ ਬਾਅਦ ਵੀ ਕਾਫੀ ਪ੍ਰਭਾਵ ਪੈਣ ਵਾਲੇ ਤੇ ਪਾਰਟੀਆਂ ਇਕੱਠੀਆਂ। ਬਿਲਕੁਲ ਜੀ, ਐਕਚੁਲੀ ਇਹ ਜਿਹੜਾ ਸਹੁੰ ਚੁੱਕ ਸਮਾਗਮ ਸੀਗਾ ਕਰਨਾਟਕਾ ਦਾ, ਇਹ ਬਿਨਾਂ ਕਿਸੇ ਸ਼ੱਕ ਦੇ ਉੱਥੇ ਇੱਕ ਵੱਡੀ ਜਿੱਤ ਵਜੋਂ ਲਿਆ ਜਾ ਰਿਹਾ ਹੈ ਕਾਂਗਰਸ ਤੇ ਜੀਡੀਐਸ ਦੀ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਲੜਾਈ ਲੜੀ ਆ, ਨਾ ਸਿਰਫ ਇਲੈਕਸ਼ਨਾਂ ਦੇ ਵਿੱਚ ਔਰ ਬਲਕਿ ਉਦੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਵੀ ਸਰਕਾਰ ਬਣਾਉਣ ਦੇ ਵਿੱਚ ਉਹ ਸਫਲ ਰਹੇ ਔਰ ਇਹਨੇ ਇੱਕ ਕਿਸਮ ਦੇ ਨਾਲ ਬੂਸਟ ਕੀਤਾ ਵਿਰੋਧੀ ਧਿਰਾਂ ਨੂੰ। ਔਰ ਜਿਹੜੇ ਇੱਥੇ ਬਣੇ ਮੁੱਖ ਮੰਤਰੀ ਨੇ ਐਚ ਡੀ ਕੁਮਾਰ ਸਵਾਮੀ, ਜਿਹੜੇ ਕਿ ਐਚ ਡੀ ਦੇਵਗੌੜਾ ਹੋਰਾਂ ਦੇ ਬੇਟੇ ਨੇ, ਜੇ ਡੀ ਐਸ ਦੇ ਉਹ ਪ੍ਰਧਾਨ ਨੇ, ਉਹਨਾਂ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਜਿਹੜੀ ਇਹ ਸਮਾਗਮ ਸੀਗਾ ਜੀ, ਇਹ ਇੰਨਾ ਅਟਰੈਕਟਿਵ ਇਸ ਪੱਖੋਂ ਉਹਨਾਂ ਦੇ ਮੁੱਖ ਮੰਤਰੀ ਬਣਨਾ ਨਹੀਂ ਰਿਹਾ ਜਿੰਨਾ ਇਸ ਪੱਖੋਂ ਅਟਰੈਕਟਿਵ ਰਿਹਾ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਜਿਹੜਾ ਜੀ ਉਹ ਪਹੁੰਚੇ। ਸ਼ਰਦ ਪਵਾਰ ਐਨ ਸੀ ਪੀ ਤੋਂ, ਸੋਨੀਆ ਗਾਂਧੀ ਹੋਰੀ ਕਾਂਗਰਸ ਤੋਂ, ਮਾਇਆਵਤੀ ਹੋਰੀ ਬਹੁਜਨ ਸਮਾਜ ਪਾਰਟੀ ਤੋਂ, ਮਾਇਆਵਤੀ ਤੇ ਸੋਨੀਆ ਗਾਂਧੀ ਹੋਰੀ ਜਿਵੇਂ ਸਟੇਜ ਦੇ ਉੱਤੇ ਇੱਕ ਦੂਜੇ ਦੇ ਨਾਲ ਜਿਹੜਾ ਜੀ ਉਹ ਹੱਥ ਫੜ ਕੇ ਬਾਰ ਬਾਰ ਗੱਲਾਂ ਕਰਦੇ ਰਹੇ, ਮੀਡੀਆ ਦੇ ਵਾਸਤੇ ਬੜਾ ਅਟਰੈਕਟਿਵ ਜਿਹੜਾ ਜੀ ਉਹ ਰਿਹਾ। ਅਜੀਤ ਸਿੰਘ ਰਲੌਤ, ਸੀਤਾਰਾਮ ਯੇਚੁਰੀ ਈ ਪੀ ਆਈ ਦੇ ਉਹ ਸੈਕਟਰੀ ਨੇ, ਕੁਮਾਰ ਸਵਾਮੀ ਜੇ ਡੀ ਐਸ ਤੋਂ, ਤੇਜਸਵੀ ਯਾਦਵ ਲਾਲੂ ਪ੍ਰਸਾਦ ਦੇ ਬੇਟੇ ਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ, ਅਖਿਲੇਸ਼ ਯਾਦਵ ਸਾਬਕਾ ਜਿਹੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ, ਚੰਦਰ ਬਾਬੂ ਨਾਇਡੂ ਤੇਲਗੂ ਦੇਸ਼ਮ ਪਾਰਟੀ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ, ਐਚ ਡੀ ਦੇਵਗੌੜਾ ਜੇ ਡੀ ਐਸ ਦੇ, ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਤੋਂ ਜਿਹੜੀ ਜੀ, ਇਹ ਸਾਰੇ ਨੇਤਾ 11 ਪਾਰਟੀਆਂ ਜਿਹੜੀਆਂ ਸੀਗੀਆਂ ਜੀ ਇਹ ਇੱਕ ਮੰਚ ਦੇ ਉੱਤੇ ਇਕੱਠੀਆਂ ਸੀਗੀਆਂ। ਜੇ ਟੋਟਲ ਇਹਨਾਂ ਦਾ ਲਾਈਏ ਤੇ ਇਸ ਇਹਨਾਂ ਦੀਆਂ 7 ਰਾਜਾਂ ਦੇ ਵਿੱਚ ਸਰਕਾਰਾਂ ਨੇ ਵੱਖੋ ਵੱਖਰੀਆਂ ਪਾਰਟੀਆਂ ਦੀਆਂ, 130 ਮੈਂਬਰ ਪਾਰਲੀਮੈਂਟ ਨੇ ਇਹਨਾਂ ਦੇ, ਔਰ ਵਿਧਾਨ ਸਭਾਵਾਂ ਦੀ ਜੇ ਗੱਲ ਕਰੀਏ ਤਾਂ 2384 ਇਹਨਾਂ ਦੇ ਜਿਹੜੇ ਉਹ ਵਿਧਾਇਕ ਨੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਕੁਮਾਰ ਸਵਾਮੀ ਨੇ ਉਹ ਇੱਕ ਕਿਸਮ ਦੇ ਨਾਲ ਇੱਕ ਪੁਲ ਦਾ ਕੰਮ ਕਰ ਗਏ ਇਹਨਾਂ ਵਿਰੋਧੀ ਧਿਰਾਂ ਨੂੰ ਜਿਹੜਾ ਜੀ ਉਹ ਇਕਜੁੱਟ ਕਰਨ ਦੇ ਵਾਸਤੇ ਤੇ ਇਕੱਠਿਆਂ ਕਰਨ ਦੇ ਵਾਸਤੇ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਸਹੁੰ ਚੁੱਕ ਸਮਾਗਮ ਜਿਹੜਾ ਸੀਗਾ ਜੀ ਉਹ ਇੱਕ ਕਿਸਮ ਦੇ ਨਾਲ ਅੱਗੋਂ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਇਕਜੁੱਟ ਹੋ ਕੇ 19 ਦੀਆਂ ਲੋਕ ਸਭਾ ਚੋਣਾਂ ਲੜਨ ਵੱਲ ਨੂੰ ਕਈ ਸਟੈਪ ਜਿਹੜਾ ਜੀ ਇਹ ਵਿਰੋਧੀ ਧਿਰਾਂ ਲੈ ਗਈਆਂ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨ ਦੇ ਵਾਸਤੇ ਇਕਜੁੱਟ ਹੋਣ ਜਾਪਦਾ। ਬਿਲਕੁਲ ਜੀ, ਹੋਣਾ ਪਊਗਾ ਜੋ ਕੁਛ ਹੋ ਰਿਹਾ ਭਾਰਤ ਦੇ ਵਿੱਚ। ਤੇ ਅੱਗੇ ਆਪਾਂ ਗਰਮੀ ਦੀ ਗੱਲ ਕੀਤੀ ਸੀ ਕਿ ਗਰਮੀ ਬਹੁਤ ਆ ਤੇ ਇਹਨਾਂ ਗਰਮ ਹਵਾਵਾਂ ਦੇ ਨਾਲ ਪੰਜਾਬ ਤੇ ਹਰਿਆਣਾ ਝੁਲਸੇ। ਬਿਲਕੁਲ ਜੀ, ਐਕਚੁਲੀ ਇੱਥੇ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀ ਵੀ ਅੱਜ ਦੀ ਵੀ ਵਾਰਨਿੰਗ ਦਿੱਤੀ ਗਈ ਹੈ ਜੀ ਮੌਸਮ ਵਿਭਾਗ ਦੇ ਵੱਲੋਂ, ਜਿਹੜੀਆਂ ਗਰਮ ਹਵਾਵਾਂ ਨੇ ਉਹਨਾਂ ਨੇ ਇਸ ਵੇਲੇ ਪੰਜਾਬ ਤੇ ਹਰਿਆਣਾ ਦੇ ਜਿਹੜੇ ਲੋਕ ਨੇ ਉਹ ਅੰਦਰ ਵਾੜ ਕੇ ਰੱਖ ਦਿੱਤੇ ਨੇ ਜੀ। ਅਜੇ ਪੂਰੇ ਇਸ ਖਿੱਤੇ ਦੇ ਵਿੱਚ ਹਫ਼ਤਾ, ਇਸ ਹਫ਼ਤੇ ਜਿਹੜਾ ਜੀ ਪਾਰਾ ਥੱਲੇ ਆਉਣ ਦੇ ਕੋਈ ਆਸਾਰ ਜਿਹੜੇ ਜੀ ਉਹ ਨਹੀਂ ਹੈਗੇ। 27 ਤੱਕ ਇਹ ਜਿਹੜੀਆਂ ਜੀ ਲੂ ਜਿਹੜੀ ਆ ਉਹ ਚੱਲੂਗੀ। ਹਰਿਆਣਾ, ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਰੈੱਡ ਕੋਡਿਡ ਅਲਰਟ ਜਿਹੜਾ ਜੀ ਉਹ ਜਾਰੀ ਕੀਤਾ ਗਿਆ, ਜਿਹਦੇ ਵਿੱਚ ਏਜੰਸੀਆਂ ਨੂੰ ਐਕਸ਼ਨ ਲੈਣ ਦੀ ਲੋੜ ਜਿਹੜੀ ਆ ਉਹ ਹੁੰਦੀ ਆ। ਹਿਸਾਰ ਦੇ ਵਿੱਚ ਸਭ ਤੋਂ ਵੱਧ ਤਾਪਮਾਨ 45.1 ਡਿਗਰੀ ਸੈਲਸੀਅਸ ਤੱਕ ਪਹੁੰਚਿਆ, ਜਿਹੜਾ ਕਿ ਆਮ ਨਾਲੋਂ 4 ਵੱਧ ਸੀਗਾ। ਚੰਡੀਗੜ੍ਹ, ਭਵਾਨੀ, ਕਰਨਾਲ ਤੇ ਅੰਬਾਲਾ ਦੇ ਵਿੱਚ 43.6, 44.3, 42.2 ਤੇ 42.5 ਡਿਗਰੀ ਸੈਲਸੀਅਸ ਰਿਹਾ। ਪੰਜਾਬ ਦੇ ਵਿੱਚ ਪਟਿਆਲਾ ਸਭ ਤੋਂ ਜ਼ਿਆਦਾ ਗਰਮ ਜਿਹੜਾ ਜੀ ਉਹ ਰਿਹਾ, ਲੁਧਿਆਣਾ ਤੇ ਅੰਮ੍ਰਿਤਸਰ ਜਿਹੜਾ ਜੀ ਉਹਦੇ ਵਿੱਚ ਬਾਅਦ ਦੇ ਵਿੱਚ ਰਹੇ। ਪਟਿਆਲੇ ਦਾ ਤਾਪਮਾਨ 44 ਡਿਗਰੀ ਦੇ ਉੱਤੇ ਜਿਹੜਾ ਜੀ ਉਹ ਪਹੁੰਚਿਆ, ਲੁਧਿਆਣਾ 43, ਅੰਮ੍ਰਿਤਸਰ 41.9 ਜਿਹੜਾ ਜੀ ਉਹ ਰਿਹਾ। ਅਗਲੇ 4-5 ਦਿਨਾਂ ਦੇ ਦੌਰਾਨ ਉੱਤਰੀ ਭਾਰਤ ਦੇ ਵਿੱਚ ਰਹਿਣ ਵਾਲੇ ਜਿਹੜੇ ਨੇ ਜੀ ਉਹਨਾਂ ਨੂੰ ਲੂ ਦਾ ਸਾਹਮਣਾ ਕਰਨਾ ਪਊਗਾ। ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਵਿੱਚ ਗਰਮ ਹਵਾਵਾਂ ਚੱਲਦੀਆਂ ਰਹਿਣਗੀਆਂ। ਅੱਜ ਤਾਪਮਾਨ ਜਿਹੜਾ ਜੀ ਉਹ ਪੰਜਾਬ ਦੇ ਵਿੱਚ 45 ਨੂੰ ਕ੍ਰੋਸ ਜਿਹੜਾ ਜੀ ਉਹ ਕਰ ਸਕਦਾ ਹੈ। 24 ਮਈ ਨੂੰ ਜਿਹੜਾ ਜੀ ਦਿੱਲੀ ਤੇ ਦਿੱਲੀ ਦੇ ਇਲਾਕਿਆਂ, ਰਾਜਸਥਾਨ ਤੇ ਯੂਪੀ ਦੇ ਵਿੱਚ ਕੁਛ ਹਨੇਰੀਆਂ ਜਿਹੜੀਆਂ ਜੀ ਉਹ ਚੱਲਣ ਦੀ ਗੱਲ ਆਖੀ ਗਈ ਆ। ਪਰ
ਇਹ ਤਾਪਮਾਨ ਨੂੰ ਹੇਠਾਂ ਜਿਹੜਾ ਜੀ ਉਹ ਨਹੀਂ ਲੈ ਕੇ ਆਉਣਗੀਆਂ ਹਨੇਰੀਆਂ ਜਿਹੜੀਆਂ ਇਹਨਾਂ ਦਿਨਾਂ ਦੇ ਦੌਰਾਨ ਲੂ ਜਿਹੜੀ ਆ ਜੀ ਉਹ ਚੱਲਦੀ ਆ ਔਰ ਬਹੁਤ ਸਾਰੇ ਲੋਕ ਪਾਕਿਸਤਾਨ ਦਾ ਬੜਾ ਬੁਰਾ ਹਾਲ ਹੈ ਜੀ ਪਾਕਿਸਤਾਨ ਦੇ ਵਿੱਚ ਰਿਪੋਰਟ ਦੇ ਮੁਤਾਬਕ ਇਹ ਲੂ ਜਿਹੜੀ ਆ ਜੀ ਉਹ ਹੁਣ ਤੱਕ 250 ਲੋਕਾਂ ਦੀ ਜਾਨ ਲੈ ਚੁੱਕੀ ਹਾਲਾਂਕਿ ਇੱਥੇ ਪੰਜਾਬ ਹਰਿਆਣੇ ਦੇ ਵਿੱਚ ਕਿਸੇ ਜਗ੍ਹਾ ਤੋਂ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਤਾਂ ਗੱਲ ਜਿਹੜੀ ਉਹ ਨਹੀਂ ਆਈ ਪਰ ਜੇ ਸੜਕਾਂ ਦੀ ਗੱਲ ਕਰੀਏ ਤਾਂ ਦੁਪਹਿਰ ਦੇ ਸਮੇਂ ਜਿਹੜਾ ਜੀ ਟ੍ਰੈਫਿਕ ਉਹ ਅੱਧਿਓ ਅੱਧਾ ਤਕਰੀਬਨ ਜਿਹੜਾ ਜੀ ਉਹ ਰਹਿ ਜਾਂਦਾ ਮੇਨ ਸੜਕਾਂ ਦੇ ਉੱਤੇ ਔਰ ਕਈ ਜਿਹੜੀਆਂ ਛੋਟੀਆਂ ਸੜਕਾਂ ਨੇ ਉਹਨਾਂ ਦੇ ਉੱਤੇ ਤਾਂ ਜਿਹੜੀਆਂ ਲਿੰਕ ਰੋਡ ਨੇ ਉਹ ਤਾਂ ਕੋਈ ਟਾਵਾਂ ਟਾਵਾਂ ਟ੍ਰੈਫਿਕ ਵਾਲਾ ਜਿਹੜਾ ਜੀ ਉਹ ਨਜ਼ਰ ਆਉਂਦਾ ਇੰਨੀ ਜ਼ਿਆਦਾ ਗਰਮੀ ਪੈਣੀ ਸ਼ੁਰੂ ਜੀ ਬਿਲਕੁਲ ਬਹੁਤ ਜ਼ਿਆਦਾ ਗਰਮੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ ਮਿਹਰਬਾਨੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਇਹ ਸਨ ਜੀ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।